ਮੇਰ ਨੂੰ ਮਾਂ ਦੀ ਹਾਲਤ ਦੀ ਸਮਝ ਲੱਗ ਗਈ। ਉਹ ਨਿੱਕੀਆਂ ਭੈਣਾਂ ਨਿੱਕਿਆਂ ਭੈਣ ਭਰਾਵਾਂ ਤੋਂ ਚੋਰੀ ਰੋਂਦੀ ਅਤੇ ਅੱਲਾ ਮੀਆਂ ਅੱਗੇ ਹਾਲੇ ਪਾਉਂਦੀ ਰਹਿੰਦੀ, ਯਾ ਰੱਬ ਸੱਚਿਆ ਪਿਓ ਨੂੰ ਕੋਲ ਸੱਦਣਾ ਸਹੀ ਅਤੇ ਸੱਦ ਲਿਆਈ, ਹੁਣ ਮੇਰੀ ਮਾਂ ਨੂੰ ਵੀ ਸੁਧਾਈ ਕਰ ਦਿੱਤਾ ਏ। ਤੂੰ ਤਾਂ ਸੁਣਿਆ ਬੜਾ ਮਿਹਰਬਾਨ ਅਤੇ ਕਰੀਮੀਆਂ ਕਰਨ ਵਾਲਾ, ਫਿਰ ਅਸਾਂ ਗਰੀਬਾਂ ਉੱਤੇ ਤਰਸ ਖਾ, ਨਹੀਂ ਤਾਂ ਅਸਲ ਨੂੰ ਰੁਲ ਜਾਵਾਂਗੇ। ਮੈਨੂੰ ਆਪਣਾ ਤਾਂ ਕੋਈ ਨਹੀਂ, ਮੇਰੇ ਨਿੱਕੇ ਭੈਣ ਭਰਾਵਾਂ ਦਾ ਕੀ ਬਣੇਗਾ। ਉਹ ਮਾਂ ਦਾ ਦਿਲ ਹੋਰ ਨਾ ਗੱਲਾਂ ਵੱਲ ਲਾਵਣ ਦਾ ਵੀ ਬਥੇਰਾ ਵਾਹ ਲਾਉਂਦੀ, ਪਰ ਬਾਨੋ ਤਾਂ ਜਿਵੇਂ ਅਸਲੋਂ ਹੀ ਕਿਸੇ ਹੋਰ ਮਿੱਟੀ ਦੀ ਬਣ ਗਈ ਸੀ, ਅਜਿਹੀ ਮਿੱਟੀ ਦੀ ਜਿਹਦੇ ਉੱਤੇ ਕੋਈ ਅਸਰ ਨਹੀਂ ਸੀ ਹੋ ਸਕਦਾ। ਮੇਰ ਉਹਦੇ ਨਾਲ ਗੱਲਾਂ ਕਰਦੀ ਅਤੇ ਉਹ ਅੱਗੋਂ ਚਿੱਟੀਆਂ ਚਿੱਟੀਆਂ ਅੱਖਾਂ ਨਾਲ ਕਿਧਰੇ ਹੋਰ ਦੇ ਵੇਖਦੀ ਜਾ ਚੁੱਪ ਚਾਨ ਬੈਠੀ ਰਹਿੰਦੀ, ਨਾ ਕਿਸੇ ਗੱਲ ਉੱਤੇ ਉਹਦੇ ਮੂੰਹੋਂ ਹਾਂ ਨਿਕਲਦੀ ਅਤੇ ਨਾ ਹੀ ਨਾ। ਕੁਝ ਵਰ੍ਹਿਆਂ 'ਚ ਬਾਊ ਕਾਮਲ ਦੇ ਘਰ ਦਾ ਬੂਹਾ ਪਿਛਲੇ ਬੰਨੇ ਜਾ ਲੱਗੇ ਆ। ਆਪਣੀ ਖੱਟੀ ਅਤੇ ਖਰਚਿਆਂ ਵਿੱਚੋਂ ਜੋ ਕੁਝ ਬਚਾ ਕੇ ਉਹ ਬਾਨੋ ਨੂੰ ਦਿੰਦਾ ਸੀ, ਉਹਦੇ 'ਚੋਂ ਘਰ ਚਲਾਉਣ ਪਿੱਛੋਂ ਜਿੰਨਾ ਵੀ ਪੈਸਾ ਉਹ ਸਾਂਭ ਕੁੰਜ ਸਕਦੀ ਸੀ, ਹੌਲੀ ਹੌਲੀ ਕਰਕੇ ਮੁੱਕ ਗਿਆ। ਸਿਆਣੇ ਆਉਂਦੇ ਨੇ ਨਾ, ਘਰ ਬਹਿ ਕੇ ਖਾਧਿਆਂ ਤਾਂ ਖੂਹ ਵੀ ਖਾਲੀ ਹੋ ਜਾਂਦੇ ਨੇ। ਸਗਵੀਂ ਉਹ ਕਾਰ ਹੋਈ, ਖੱਟੀ ਕਮਾਈ ਦਾ ਵਸੀਲਾ ਤਾਂ ਹੈ ਕੋਈ ਨਹੀਂ ਸੀ। ਆ ਜਾ ਕੇ ਬਾਊ ਕਾਮਲ ਦੀ ਫੌਜ ਵਿੱਚੋਂ ਪੈਨਸ਼ਨ ਦਾ ਕੁਝ ਹਿੱਸਾ ਆਉਂਦਾ ਸੀ, ਉਹ ਚਾਰ ਦਿਹਾੜੀਆਂ ਨਹੀਂ ਸੀ ਕੱਢਦਾ, ਛੇ ਜੀ ਅਤੇ ਸਣ ਖਾਣ ਵਾਲੇ। ਫਿਰ ਛਿਆਂ ਦੇ ਹੋਰ ਉਤਲੇ ਖਰਚੇ ਕੁਝ ਨਾ ਕਰਦੇ ਵੀ ਪੂਰੇ ਨਹੀਂ ਸਨ ਪੈਣ ਦਿੰਦੇ ਅੱਕ ਸੱਤ ਕੇ ਮੇਅਰ ਨੇ ਲੋਕਾਂ ਦੇ ਬਾਲ ਪੜਾਉਣੇ ਸ਼ੁਰੂ ਕਰ ਦਿੱਤੇ। ਇਹਦੇ ਵਿੱਚੋਂ ਵੀ ਕੀ ਮਿਲਣਾ ਸੀ, ਲੋਕਾਂ ਦਾ ਸੀਨ ਪਰੋਣ ਛੋ ਲਿਓ। ਹੁਣ ਉਹ ਸਾਰਾ ਦਿਨ ਬਾਲਾਂ ਨਾਲ ਖਪਦੀ, ਕੱਪੜੇ ਸਿਉਣ ਵਾਲੀ ਮਸ਼ੀਨ ਚਲਾਉਂਦੀ ਅਤੇ ਮਾਂ ਨੂੰ ਆਪਣੇ ਰੁਝੇਵਿਆਂ 'ਚ ਜਿੰਦ ਹੂਲਦਿਆਂ ਵੇਖ ਕੇ ਅੰਦਰੇ ਅੰਦਰ ਸੜਦੀ ਪੁੱਜਦੀ ਰਹਿੰਦੀ। ਨਿੱਕੀਆਂ ਦੋਵਾਂ ਮੁੰਡਿਆਂ ਅਰਸ਼ਦ ਅਤੇ ਸਾਜਦ ਨੇ ਪੜ੍ਹਾਈਆਂ ਛੱਡ ਦਿੱਤੀਆਂ। ਅਰਸ਼ਦ ਕੰਮ ਕਾਰ ਕਰਦਾ ਅਤੇ ਥੋੜ੍ਹੇ ਜਿਹੇ ਪੈਸੇ ਅਤੇ ਥੋੜ੍ਹਾ ਜਿਹਾ ਚਿਰ ਵਿੱਚ ਹੀ ਘਰ ਨੂੰ ਸਾਂਭਣ ਜੋਗਾ ਹੋ ਸਕਦਾ ਸੀ। ਅਰਸ਼ਦ ਕੰਮ ਕਾਰ ਕਰਦਾ ਅਤੇ ਥੋੜ੍ਹੇ ਜਿਹੇ ਚਿਹਰੇ 'ਚ ਹੀ ਘਰ ਨੂੰ ਸਾਂਭਣ ਜੋਗਾ ਹੋ ਸਕਦਾ ਸੀ, ਪਰ ਉਹ ਕੰਮ ਕਾਰ ਦੇ ਨੇੜੇ ਲੱਗਣ ਦੀ ਥਾਂ ਅਸਲੋਂ ਫੇਟ ਹੋ ਗਿਆ। ਸਾਰਾ ਦਿਨ ਪਤਾ ਨਹੀਂ ਕਿੱਥੇ ਕਿੱਥੇ ਫਿਰ ਛੱਡਦਾ ਅਤੇ ਪਤਾ ਨਹੀਂ ਕਿਹੜੇ ਕਿਹੜੇ ਲੋਕਾਂ ਨਾਲ ਬਹਿ ਛੱਡਦਾ। ਸੋਤੇ ਪਿਛਲੇ ਘਰ ਆਉਂਦਾ ਤਾਂ ਰੋਟੀ ਖਾਂਦੇ ਹਾਂ, ਕੋਤਰ ਸੌ ਨਖਰਾ ਕਰਦਾ, ਕਦੀ ਆਉਂਦਾ ਇਹ ਕੀ ਪਕਾਇਆ, ਕਦੀ ਆਉਂਦਾ ਰੋਟੀ ਠੰਡੀ ਏ। ਮੇਰ ਚੁੱਪ ਕਰਕੇ ਉਹਦੀਆਂ ਸੁਣਦੀ ਰਹਿੰਦੀ, ਬੜਾ ਅੱਕਦੀ ਸੱਤਦੀ ਅਤੇ ਤਾਂ ਵੀ ਬੜੇ ਹੌਸਲੇ ਨਾਲ ਭਰਾ ਦਾ ਲਾਡ ਲੁਲਾਉਂਦਿਆਂ ਆਖਦੀ, ਅੰਬੜੀ ਜਾਇਆ ਅੱਜ ਤਾਂ ਤੂੰ ਚੁੱਪ ਕਰਕੇ ਖਾ ਲੈ, ਭਲਕੇ ਇੰਜਣਾ ਹੋ ਸੀ। ਕਈ ਵਾਰ ਉਹਦਾ ਦਿਲ ਕਰਦਾ ਉਹਨੂੰ ਉੱਚੀ ਸਾਰੀ ਦੜਕ ਕੇ ਆਖੇ, ਤੈਨੂੰ ਸ਼ਰਮ ਨਹੀਂ ਆਉਂਦੀ, ਜਵਾਨ ਜਾਣ ਹੋ ਕੇ ਭੈਣ ਦੀ ਮਿਹਨਤ ਉੱਤੇ ਪਲਣਾ ਅਤੇ ਉੱਤੋਂ ਟਗੇ ਟਗੇ ਦੀਆਂ ਗੱਲਾਂ ਕਰਨਾ, ਐਡਾ ਸਵਾਦ ਦਾ ਖਾਣਾ ਖਾਣ ਨੂੰ ਦਿਲ ਕਰਦਾ ਏ ਤਾਂ ਜਾ ਖਾਂ, ਖੱਟ ਕਮਾ ਕੇ ਲਿਆ, ਤੇਰੇ ਜਿੱਡੇ ਤਾਂ ਟੱਬਰ ਪੈ ਪਾਲਦੇ ਨੇ। ਪਰ ਉਹ ਇੰਜ ਨਾ ਆਖਦੀ, ਉਹਨੂੰ ਪਤਾ ਸੀ ਉਹਦੀ ਮਾਂ ਨੇ ਅਰਸ਼ਦ ਨੂੰ ਕਿੱਡੇ ਲੂਡਾਂ ਨਾਲ ਪਾਲਿਆ ਸੀ। ਮੇਰ ਨੂੰ ਇਹ ਵੀ ਥੌ ਸੀ ਵੀ ਭਾਵੇਂ ਉਹ ਅਰਸ਼ਦ ਤੋਂ ਵੱਡੀ ਸੀ, ਪਰ ਕੁੜੀ ਹੋਵਣ ਪਰੋਂ ਮਾਪੇ ਉਹਨੂੰ ਹਮੇਸ਼ ਅਰਸ਼ਦ ਤੋਂ ਨਿੱਕੀ ਖਿਆਲ ਦੇ ਸਨ। ਉਹਦੀ ਹਰ ਗੱਲ, ਉਹਦਾ ਹਰ ਕੰਮ ਉਹਦੇ ਕੁੜਿੱਪ ਦੇ ਖਾਤੇ ਪੈ ਜਾਂਦਾ ਸੀ ਅਤੇ ਅਰਸ਼ਦ ਦੀ ਹਰ ਗੱਲ ਨੂੰ ਤੋੜ ਚੜਾਉਣਾ, ਉਹਦੇ ਹਰ ਕੰਮ ਨੂੰ ਵਡਿਆਉਣਾ ਸਲਾਹਣਾ ਜ਼ਿੰਮੇਵਾਰੀ ਮੰਨਿਆ ਜਾਂਦਾ ਸੀ। ਨਿੱਕੇ ਹੁੰਦਿਆਂ ਤੋਂ ਤੁਰੇ ਆਉਂਦੇ ਇਸ ਵਰਤਾਰੇ ਦੀ ਮੇਰ ਢੇਰ ਹੇਲਕ ਹੋ ਗਈ ਹੋਈ ਸੀ, ਇਸ ਲਈ ਉਹ ਅਰਸ਼ਦ ਨਾਲ ਲਿਖ ਕੇ ਹੀ ਵਾਹ ਵਰਤਨ ਕਰਦੀ ਸੀ, ਉਹਦੇ ਅੱਗੇ ਬੋਲਦੀ ਨਹੀਂ ਸੀ, ਉਹਨੂੰ ਵੀਰ ਸਮਝ ਕੇ ਉਹਦੀ ਹਰ ਗੱਲ ਦਾ ਉਹਦੇ ਹਰ ਬੋਲ ਦਾ ਪਾਲਣ ਕਰਦੀ ਸੀ। ਨਿੱਕਾ ਸਾਜਦ ਕੁਝ ਹੋਰ ਹੀ ਤਰ੍ਹਾਂ ਦਾ ਸੀ, ਉਹਨੇ ਪੜ੍ਹਾਈ ਛੱਡੀ ਅਤੇ ਮੋਟਰਾਂ ਦੇ ਕੰਮ 'ਤੇ ਪੈ ਗਿਆ। ਸਵੇਰੇ ਜੋ ਕੁਝ ਵੀ ਲੱਭਦਾ ਖਾ ਕੇ ਕੰਮ 'ਤੇ ਟੁਰ ਜਾਂਦਾ ਅਤੇ ਦਿਨ ਡੁੱਬੇ ਨੂੰ ਕੰਮ ਤੋਂ ਪਰਤਦਾ, ਉਹ ਰੋਟੀ ਟੁੱਕਰ ਜਿਉਂ ਜਿਹਾ ਵੀ ਹੁੰਦਾ ਚੁੱਪ ਕਰਕੇ ਖਾ ਲੈਂਦਾ, ਕਦੀ ਮੂੰਹੋਂ ਕੋਈ ਪੁੱਠੀ ਸਿੱਧੀ ਗੱਲ ਨਾ ਕੱਢਦਾ। ਉਂਝ ਵੀ ਉਹਦੀ ਆਦਤ ਨਿੱਕੇ ਹੁੰਦਿਆਂ ਤੋਂ ਹੀ ਚੁੱਪ ਰਹਿਣ ਦੀ ਸੀ, ਚੁੱਪ ਕਰਕੇ ਵੇਖਦਿਆਂ ਰਹਿਣ ਦੀ। ਨਿੱਕੀ ਕੁੜੀ ਇੰਜੇ ਗੁੱਡੀਆਂ ਪਟੋਲਿਆਂ ਦੇ ਧਿਆਨੇ ਲੱਗੀ ਰਹਿੰਦੀ,
ਪਰ ਵਿੱਚ ਵਿੱਚ ਵੱਡੀ ਭੈਣ ਦੇ ਨਾਲ ਵੀ ਹੱਥ ਵਟਾ ਦਿੰਦੀ। ਇੱਕ ਦਿਨ ਸਵੇਰੇ ਬਾਨੋ ਉੱਠੀ ਤੇ ਉਹਨੇ ਘਰ ਦਾ ਕੋਈ ਇੱਕ ਕੰਮ ਧੰਦਾ ਨਾ ਸਾਂਭਿਆ। ਚੁੱਪ ਚੁਪੀਤੀ ਕੰਧ ਲਾਣ ਲੱਗ ਕੇ ਬਹਿ ਗਈ, ਜਿਵੇਂ ਉਹਦੇ 'ਚ ਕੁਝ ਕਰਨ ਦੀ ਹਿੰਮਤ ਨਾ ਰਹੀ ਹੋਵੇ। ਮੀਰ ਵੀ ਬੜੀ ਹੈਰਾਨ ਸੀ ਵੀ ਅੱਜ ਮਾਂ ਨੂੰ ਕੀ ਹੋ ਗਿਆ। ਵਰਿਆਂ ਤੋਂ ਟੁਰੀ ਆਉਂਦੀ ਬਾਣ ਪੂਰੀ ਕਰਨ ਦੀ ਥਾਂ ਉਹ ਹੱਥਾਂ 'ਤੇ ਹੱਥ ਧਰ ਕੇ ਬਹਿ ਗਈ। ਉਹਨੇ ਮਾਂ ਨੂੰ ਜਾ ਕੇ ਅਡੋਲ ਕਰਦਿਆਂ ਪੁੱਛਿਆ, ਅੰਮੋ ਅੱਜ ਖੈਰ ਤਾਂ ਹੈ ਜਿਹੜਾ ਤੂੰ ਇੰਝ ਹੋ ਕੇ ਬਹਿ ਗਈ ਹੈ? ਅੱਜ ਕੰਮ ਨਹੀਂ ਕਰਨਾ ਕੋਈ? ਘੜੀ ਦੋ ਘੜੀ ਤੇ ਬਾਨੋ ਬਿੱਤਰ ਬਿੱਤਰ ਧੀ ਦਾ ਮੂੰਹ ਵਿੰਦੀ ਰਹੀ। ਫਿਰ ਕੰਧਾਂ ਵੱਲ ਤੱਕਦੀ ਬੋਲੀ, ਮੈਨੂੰ ਇੱਥੋਂ ਡਰ ਆਉਂਦਾ, ਸਾਡੀਆਂ ਕਬਰਾਂ ਦੋਵਾਂ ਮਾਵਾਂ ਧੀਆਂ ਦੀਆਂ ਇਸ ਵਿਹੜੇ 'ਚ ਹੀ ਬਣਨੀਆਂ ਨੇ, ਆ ਜਾ ਇੱਥੋਂ ਟੁਰ ਚੱਲੀਏ। ਉਹ ਵਿਹਨੀ ਇਹਨਾਂ ਕੰਧਾਂ ਵੱਲੇ ਆਉਂਦੀਆਂ ਪਈਆਂ ਨੇ, ਬੜੀ ਕਰਦੀ ਏ ਤੂੰ ਆਪਣੀ ਮਰਜ਼ੀ, ਹੁਣ ਸਾਡਾ ਵਾਰਾ ਆਉਂਦਾ ਪਿਆ ਏ, ਅਸਾਂ ਤੈਨੂੰ ਪੀ ਕੇ ਹੀ ਰਹਿਣਾ, ਤੇਰੀ ਧੀ ਨੂੰ ਵੀ ਨਹੀਂ ਛੱਡਣਾ। ਆ ਜਾ ਕਾਕੂ ਇੱਥੋਂ ਟੁੱਟ ਚੱਲੀਏ ਕਿਤੇ, ਆ ਜਾ। ਉਹ ਆਪਣੀ ਥਾਂ ਉੱਠੀ ਅਤੇ ਆਪਣਾ ਟੋਪੀ ਵਾਲਾ ਬੁਰਖਾ ਫੜ ਲਿਆ। ਤੇਰਾ ਬੁਰਖਾ ਕਿੱਥੇ ਵੇ? ਜਾ ਭੱਜ ਕੇ ਲਿਆ, ਮੈਨੂੰ ਦਿਸਿਆ ਹੀ ਨਹੀਂ, ਕਿਸੇ ਨੂੰ ਦੇ ਤਾਂ ਨਹੀਂ ਉਹ ਛੱਡਿਆ। ਤੂੰ ਨਹੀਂ ਮੰਨਦੀ ਨਾ ਮੰਨ, ਮਰ ਜਾਵੀਂ ਇੱਥੇ, ਮੈਂ ਤਾਂ ਚੱਲਣੀ ਹਾਂ। ਉਹਨੇ ਬੁਰਖਾ ਸਿਰ 'ਤੇ ਪਾਇਆ ਅਤੇ ਘਰੋਂ ਬੰਨੇ ਨਿਕਲ ਗਏ। ਮੀਰ ਨੇ ਵਿਹੜੇ 'ਚ ਨਿਗਾਹ ਮਾਰੀ, ਨਿੱਕੀ ਸਾਰੇ ਮਾਮਲੇ ਤੋਂ ਨਿਸ਼ਚਿੰਤ ਆਪਣੀਆਂ ਗੁੱਡੀਆਂ ਵੀ ਖੇਡਦੀ ਸੀ। ਮੀਰ ਨੂੰ ਕੁਝ ਸਮਝ ਨਹੀਂ ਸੀ ਆਉਂਦੀ ਪਈ, ਉਹਨੂੰ ਕੀ ਆਖੇ ਅਤੇ ਕੀ ਨਾ ਆਖੇ। ਉਹ ਕਾ ਵੀ ਬੁਰਖਾ ਪਾ ਕੇ ਮਾਂ ਦੇ ਮਗਰ ਨਿਕਲ ਗਈ। ਉਹ ਸਾਰਾ ਦਿਨ ਮੀਰ ਦਾ ਸੜਕਾਂ ਬਾਜ਼ਾਰਾਂ ਅਤੇ ਗਲੀਆਂ ਮਹੱਲਿਆਂ 'ਚ ਮਾਂ ਦੇ ਨਾਲ ਪਾਉਂਦਿਆਂ ਲੰਘਿਆ। ਮਾਂ ਦੇ ਨਾਲ ਫਿਰ ਫਿਰ ਕੇ ਉਹਦੀ ਹੰਭ ਟੁੱਟ ਗਈ। ਉਹਨੇ ਬਥੇਰਾ ਵਾਹ ਲਾਇਆ ਮਾਂ ਨੂੰ ਲੈ ਕੇ ਘਰ ਪਰਤ ਜਾਣ ਦਾ, ਪਰ ਉਹ ਕੋਈ ਨਾ ਮੰਨੀ। ਮੰਨਦੀ ਕੀ? ਉਹ ਤਾਂ ਕੁਝ ਸੁਣਦੀ ਗਿਣਦੀ ਨਹੀਂ ਸੀ। ਮੀਰ ਉਹਦੇ ਨਾਲ ਗੱਲਾਂ ਕਰਦੀ ਅਤੇ ਉਹ ਅੱਗੋਂ ਇੰਝ ਹੁੰਦੀ ਜਿਵੇਂ ਖਬਰੇ ਕਿਹਦੇ ਨਾਲ ਗੱਲ ਪਈ ਹੁੰਦੀ ਸੀ। ਕਈ ਵਾਰੀ ਉਹਦੇ ਮਨ ਵਿੱਚ ਆਉਂਦੀ ਵੀ ਮਾਂ ਨੂੰ ਇੰਝ ਹੀ ਫਿਰਦੀ ਛੱਡ ਕੇ ਪਿਛਾਂ ਘਰ ਨੂੰ ਮੁੜ ਜਾਵੇ, ਪਰ ਉਹਦੇ ਤੋਂ ਇਹ ਵੀ ਨਾ ਹੋ ਸਕਦਾ। ਉਹਦੇ ਮਨ ਦੀ ਨੁੱਕਰ ਵਿੱਚੋਂ ਹੀ ਕੋਈ ਬੋਲ ਉੱਠਦਾ, ਮਾਂ ਨੂੰ ਛੱਡ ਦਿੱਤੋ ਹੀ ਤਾਂ ਫਿਰ ਸਾਰੀ ਉਮਰ ਲੱਭਦੀ ਰਵੇਂਗੀ ਇਹਨੂੰ, ਗਲੀਆਂ ਬਾਜ਼ਾਰਾਂ 'ਚ ਇੰਝ ਫਿਰਨ ਦਾ ਕਿਹੜਾ ਅੱਜ ਸੀ? ਉਹਨੇ ਆਪਣੇ ਆਪ ਨੂੰ ਭਾਵੇਂ ਕਿੰਨਾ ਕੁੰਜਿਆ ਬਲੇਟਿਆ ਆ ਸੀ, ਫਿਰ ਵੀ ਇਸ ਤਰ੍ਹਾਂ ਸੀ ਜਿਵੇਂ ਲੋਕਾਂ ਨੂੰ ਉਹਦੇ ਜਵਾਨ ਹੋਣ ਦੀ ਮੁਸ਼ਕ ਆ ਗਈ ਸੀ। ਉਹ ਜਿੱਧਰੋਂ ਵੀ ਲੰਘਦੀਆਂ ਉੱਧਰੋਂ ਹੀ ਤਰਖੀਆਂ ਨਜ਼ਰਾਂ ਉੱਠਦੀਆਂ ਅਤੇ ਬਾਨੋਂ ਤੋਂ ਝੱਟ ਕਰਕੇ ਤਿਲਕਦੀਆਂ, ਫਿਰ ਮੀਰ ਉੱਤੇ ਜੰਮ ਜਾਂਦੀਆਂ। ਉਹਨੂੰ ਜਾਪਦਾ ਜਿਵੇਂ ਇਹ ਨਜ਼ਰਾਂ ਉਹਦੇ ਪੁਰਾਣੇ ਬੁਰਕੇ ਵਿੱਚੋਂ ਲੰਘ ਕੇ ਤਿੰਨਾਂ ਕੱਪੜਿਆਂ ਵਿੱਚੋਂ ਹੁੰਦੀਆਂ ਉਹਦੇ ਪਿੰਡੇ ਨੂੰ ਸਲਦੀਆਂ ਪਈਆਂ ਹੋਣ। ਕੋਲੋਂ ਲੰਘਦੇ ਮੁੰਡੇ ਬੰਦੇ ਅਤੇ ਇੱਕ ਪਾਸੇ ਰਹਿ ਹੱਟੀਆਂ 'ਚੋਂ ਅਤੇ ਹੱਟੀਆਂ ਦੇ ਥੜਿਆਂ ਤੋਂ ਵੀ ਨਜ਼ਰਾਂ ਦੀਆਂ ਇਹ ਵਰਮੀਆਂ ਉਹਨੂੰ ਸਿਰ ਤੋਂ ਲੈ ਕੇ ਪੈਰਾਂ ਤਾਈਂ ਆਪਣੇ 'ਚੋਂ ਆਰ ਪਾਰ ਹੁੰਦੀਆਂ ਸਹੀ ਹੁੰਦੀਆਂ ਸਨ। ਫਿਰ ਵਾਜਾਂ ਟਿਚਕਰਾਂ ਅਤੇ ਸੀਟੀਆਂ ਦਾ ਤਾਂ ਸ਼ੁਮਾਰ ਹੀ ਕੋਈ ਨਹੀਂ ਸੀ। ਉਸ ਰਾਤ ਵਾਹਵਾ ਹਨੇਰਾ ਪੈ ਘਰ ਮੁੜੀਆਂ। ਅਰਸ਼ਦ ਸਵੇਰ ਦੇ ਘਰੋਂ ਨਿਕਲੇ ਦਾ ਕੁਝ ਪਤਾ ਨਹੀਂ ਸੀ। ਸਾਜਦ ਕੰਮ ਤੋਂ ਪਰਤ ਆਇਆ ਸੀ ਅਤੇ ਛੋਟੀ ਭੈਣ ਨੂੰ ਰੋਟੀ ਖਵਾ ਕੇ ਕਿਧਰੇ ਬਾਹਰ ਨਿਕਲ ਗਿਆ ਸੀ। ਮੀਰ ਨੇ ਛੇਤੀ ਨਾਲ ਰੋਟੀ ਪਾਣੀ ਦਾ ਥੋੜ੍ਹਾ ਜਿਹਾ ਸਰਬੰਧ ਕੀਤਾ, ਮਾਂ ਨੂੰ ਰੋਟੀ ਖਵਾਈ, ਉਸ ਆਪ ਵੀ ਇੱਕ ਦੋ ਬੁਰਕੀਆਂ ਔਖੀਆਂ ਸੌਖੀਆਂ ਹੋ ਕੇ ਸੰਘੋਂ ਲਾਹੀਆਂ ਅਤੇ ਫਿਰ ਆਪਣੀ ਮੰਜੀ ਉੱਤੇ ਢੇਰ ਹੋ ਗਏ। ਮੀਰ ਭਾਵੇਂ ਸਾਰੇ ਦਿਨ ਦੀ ਥੱਕੀ ਤਰੁੱਟੀ ਹੋਈ ਸੀ, ਫਿਰ ਵੀ ਉਹਨੂੰ ਛੇਤੀ ਕੀਤੀਆਂ ਨੀਂਦਰ ਨਹੀਂ ਸੀ ਆਉਂਦੀ ਪਈ। ਉਹ ਕਿੰਨਾ ਚਿਰ ਮੰਜੀ ਉੱਤੇ ਲੰਮੀ ਪਈ, ਪਾਸੇ ਮਾਰਦੀ ਰਹੀ। ਪੂਰੇ ਦਿਨ ਦੀ ਖੱਜਲ ਖੁਆਰੀ 'ਚ ਉਹਨੂੰ ਜੋ ਕੁਝ ਝਾਗਣਾ ਪਿਆ ਸੀ, ਇਕੱਲੀ ਇਕੱਲੀ ਸੈਣਤ, ਇਕੱਲੇ ਇਕੱਲੇ ਅੱਖਰ ਅਤੇ ਆਵਾਜ਼ ਦੇ ਰੂਪ ਵਿੱਚ ਚੇਤੇ ਆਉਂਦਾ ਪਿਆ ਸੀ। ਕਈ ਵਾਰ ਉਹਦੇ ਦਿਲ ਵਿੱਚ ਆਈ ਵੀ ਉੱਠੇ ਅਤੇ ਖੁਰੇ 'ਚ ਜਾ ਕੇ ਆਪਣੇ ਪੂਰੇ ਪਿੰਡੇ ਨੂੰ ਚੰਗੀ ਤਰ੍ਹਾਂ ਮਲ ਮਲ ਕੇ ਧੋਵੇ ਅਤੇ ਉਦੋਂ ਤਿੱਕਰ ਧੋਂਦੀ ਰਹੇ ਜਦੋਂ ਤਿੱਕਰ ਉਹਦਾ ਪੂਰਾ ਵਜੂਦ
ਉਹਨੂੰ ਆਪਣੇ ਨਿਰੋਲ ਹੋਣ ਦੀ ਗਵਾਹੀ ਨਾ ਦੇ ਦੇ। ਪਰ ਹਰ ਵਾਰੀ ਉਹ ਇਹ ਸੋਚ ਕੇ ਚੁੱਪ ਕੀਤੀ ਲੰਮੀ ਪਈ ਰਹੀ, ਕਿਤੇ ਸਾਜਦ ਹੀ ਨਾ ਕੁਝ ਹੋਰ ਸੋਚਣ ਲੱਗ ਪਵੇ। ਸਾਜਦ ਉਹਦੇ ਲੰਮਿਆਂ ਪੈਣ ਤੋਂ ਝੱਟ ਪਿੱਛੋਂ ਹੀ ਬਾਹਰੋਂ ਮੁੜ ਆਇਆ ਸੀ ਅਤੇ ਕਿਸੇ ਨਾਲ ਕੋਈ ਗੱਲਬਾਤ ਕੀਤੇ ਬਿਨਾਂ ਆਪਣੀ ਮੰਜੀ 'ਤੇ ਲੰਮਾ ਪਿਆ, ਹਨੇਰੇ 'ਚ ਬਿੱਠ ਬਿੱਠ ਤੱਕਦਾ ਪਤਾ ਨਹੀਂ ਕੀ ਸੋਚਦਾ ਪਿਆ ਸੀ। ਉੜਕ ਮੀਰ ਨੂੰ ਨੀਂਦਰ ਆ ਗਈ, ਸਾਰੇ ਦਿਨ ਦੀ ਥੱਕ ਤਰੁੱਟ ਜੋ ਗਈ ਸੀ। ਨੀਂਦਰ ਵਿੱਚ ਉਹਨੂੰ ਕਈ ਅਜਿਹੇ ਸੁਪਨੇ ਆਉਂਦੇ ਰਹੇ ਜਿਹੜੇ ਪਹਿਲੋਂ ਕਦੀ ਨਹੀਂ ਸਨ ਆਏ। ਇਹਨਾਂ ਸੁਪਨਿਆਂ ਨੂੰ ਵੇਖਦੀ ਉਹ ਸਵੇਰ ਤਾਈਂ ਤਲਟਦੀ ਰਹੀ। ਬਾਨੋ ਇੱਕ ਵਾਰ ਘਰੋਂ ਬਾਹਰ ਫਿਰੀ ਅਤੇ ਫਿਰ ਇਹ ਵੀ ਉਹਦਾ ਸਾਰਾ ਸਾਰਾ ਦਿਨ ਕਿਸੇ ਇੱਕੋ ਕੰਮ ਵਿੱਚ ਰੁੱਝੇ ਰਹਿਣ ਵਾਂਗੂ ਰੋਜ਼ ਦਾ ਟੀਚਾ ਬਣ ਗਿਆ। ਮੇਹਰ ਨੂੰ ਵੀ ਮਾਰੀਦਿਆਂ ਉਹਦਾ ਪਰਛਾਵਾਂ ਬਣ ਕੇ ਨਾਲ ਟੁਰਨਾ ਪਾਉਂਦਾ। ਬਾਨੋ ਨੂੰ ਹੁਣ ਇੱਕ ਹੋਰ ਹਿਲਤਰ ਵੀ ਪੈ ਗਈ। ਇਹ ਹਿਲਤਰ ਸੀ ਬੁੱਲਾਂ 'ਚ ਬੁੜਬੁੜ ਕਰਦੇ ਰਹਿਣ ਦੀ। ਕਦੇ ਤਾਂ ਇਹ ਬੁੜਬੁੜ ਇੰਨੀ ਮੱਠੀ ਹੁੰਦੀ ਕਿ ਉਹਦੇ ਆਪਣੇ ਕੰਨਾਂ ਤਾਈਂ ਵੀ ਨਾ ਪੜਦੀ ਅਤੇ ਕਦੀ ਇੰਨੀ ਉੱਚੀ ਕਿ ਨਾਲੋਂ ਲੰਘਦੇ ਲੋਕਾਂ ਨੂੰ ਵੀ ਦੂਰ ਤਾਈਂ ਇੱਕ ਇੱਕ ਲਫ਼ਜ਼ ਸਾਫ਼ ਕੰਨੀ ਪੈਂਦਾ ਰਹਿੰਦਾ। ਜਦੋਂ ਉੱਚੀ ਉੱਚੀ ਬੁੜਬੁੜ ਕਰਦੀ ਤਾਂ ਇਹੋ ਤਾਂ ਇਹ ਇੱਕੋ ਹੀ ਗੱਲ ਕਰਦੀ ਹੁੰਦੀ, ਇਹ ਤਾਂ ਮੇਰੇ ਪਿਓ ਨੇ, ਇਹ ਤਾਂ ਮੇਰੇ ਪਿਓ ਨੂੰ ਦੇਵੇ ਦੁਆਵਾਂ ਜਿਹਨੇ ਪੱਲਿਓਂ ਪੈਸੇ ਪੱਟ ਕੇ ਉਹਨੂੰ ਪੜ੍ਹਾਇਆ ਲਿਖਾਇਆ, ਫੌਜ 'ਚ ਨੌਕਰ ਕਰਾਇਆ ਅਤੇ ਕੁੜੀ ਦਾ ਸਾਕ ਵੀ ਦੇ ਦਿੱਤਾ। ਹੋਰ ਵੀ ਕੋਈ ਇੰਝ ਕਰਦਾ ਭਲਾ? ਮੇਰੀ ਮਾਂ ਤਾਂ ਸਾਰੀ ਉਮਰ ਪਿਓ ਮੇਰੇ ਨਾਲ ਇਸੇ ਗੱਲ ਤੋਂ ਲੜਦੀ ਰਹਿੰਦੀ ਸੀ। ਕੀ ਮਿਲ ਜਾਣਾ ਤੈਨੂੰ ਸੁਆਦ, ਕਿਸੇ ਨੇ ਕੁਝ ਨਹੀਂ ਜਾਣਨਾ ਤੈਨੂੰ, ਵੱਡਿਆ ਫਰਿਸ਼ਤੇ ਆ ਨੇਕੀ ਦੀ ਆ। ਇਹਦੋਂ ਅੱਗੇ ਉਹਦੀ ਫਿਰ ਉਹੀ ਬੁੱਲਾਂ ਵਿੱਚ ਬੁੜਬੁੜ ਚਾਲੂ ਹੋ ਜਾਂਦੀ ਜਿਹਦੀ ਕਿਸੇ ਨੂੰ ਕੁਝ ਸਮਝ ਨਾ ਆਉਂਦੀ। ਕੁਝ ਹੀ ਦਿਨਾਂ 'ਚ ਗਲੀਆਂ ਮੁਹੱਲਿਆਂ ਅਤੇ ਸੜਕਾਂ ਬਾਜ਼ਾਰਾਂ ਦੀ ਦੁਨੀਆਂ ਉਹਨਾਂ ਦੋਵਾਂ ਬਾਰੇ ਪੁੱਠੀਆਂ ਸਿੱਧੀਆਂ ਗੱਲਾਂ ਕਰਨ ਲੱਗ ਪਈ। ਬਹੁਤੇ ਜਨਾਨੀਆਂ ਬੰਦਿਆਂ ਨੇ ਆਖਣਾ ਚਾਲੂ ਕਰ ਦਿੱਤਾ, ਮਾਈ ਪੱਫੇ ਕੁੱਟਣੀ ਹੈ ਜਵਾਨ ਧੀ ਤੋਂ ਪੇਸ਼ਾ ਕਰਾਉਂਦੀ। ਬਹੁ ਵਿਰਲੇ ਸਨ ਜਿਹੜੇ ਇਹ ਆਖਦੇ, ਅਸਾਂ ਕਿਹੜਾ ਆਪਣੀ ਅੱਖੀਂ ਵੇਖਿਆ ਉਹਨੂੰ ਕੁਝ ਕਰਦੇ ਹਾਂ ਕਰਾਉਂਦੇ ਹਾਂ, ਰੱਬ ਹੀ ਜਾਣੇ ਖਬਰੇ ਕਿਹੜੇ ਦੁੱਖਾਂ ਦੀਆਂ ਮਾਰੀਆਂ ਜੇ ਘੱਟਾ ਛਾਣਦੀਆਂ ਫਿਰਦੀਆਂ। ਕਈ ਤਾਂ ਕਿਸੇ ਦਿਨ ਦੀ ਵੀ ਕੋਈ ਗੱਲ ਨਾ ਕਰਦੇ, ਛੜਾ ਉਹਨਾਂ ਨੂੰ ਵੇਖ ਕੇ ਕੰਨਾਂ ਨੂੰ ਹੱਥ ਲਾਉਣ ਲੱਗ ਪਾਉਂਦੇ ਅਤੇ ਰੱਬ ਤੋਂ ਡਰਨ ਦੀਆਂ ਪੱਕੀਆਂ ਕਰਨ ਲੱਗ ਪਾਉਂਦੇ। ਮੀਰ ਦਾ ਜੀਵਨ ਹੋਰ ਵੀ ਔਕੜਾਂ ਭਰਿਆ ਹੋ ਗਿਆ। ਉਹ ਸਾਰਾ ਦਿਨ ਮਾਂ ਨਾਲ ਫਿਰਦੀ, ਰਾਤ ਨੂੰ ਲੋਕਾਂ ਦਾ ਸਿਲਾਈ ਕਢਾਈ ਦਾ ਕੰਮ ਕਰਦੀ ਅਤੇ ਪੂਰੇ ਟੱਬਰ ਦੇ ਰੋਟੀ ਟੁੱਕਰ ਦਾ ਸਰਬੰਧ ਕਰਦੀ। ਅਰਸ਼ਦ ਹੁਣ ਕਿੰਨੇ ਕਿੰਨੇ ਦਿਨ ਘਰ ਹੀ ਨਹੀਂ ਸੀ ਵੜਦਾ। ਸਾਜਦ ਅਤੇ ਅੱਗੇ ਨਾਲੋਂ ਵੀ ਸੰਘਣੀ ਚੁੱਪ ਵਰਤ ਗਈ। ਉਹ ਅੱਗੇ ਮਾੜੀ ਮੋਟੀ ਜਿਹੜੀ ਹੂੰ ਹਾਂ ਕਰ ਲੈਂਦਾ ਸੀ, ਹੁਣ ਉਤਲੀ ਵੀ ਛੱਡ ਗਈ। ਨਿੱਕੀ ਦੇ ਗੁੱਡੀਆਂ ਪਟੋਲੇ ਕੱਟ ਗਏ, ਉਹਦੀ ਤੱਕਣੀ ਕੁਝ ਹੋਰਵੀਂ ਜਿਹੀ ਹੋ ਗਈ ਅਤੇ ਗੱਲਾਂ ਹਰਕਤਾਂ ਵੀ ਇੰਝ ਸੀ ਜਿਵੇਂ ਉਹ ਕਿਤੇ ਆਪਣੀਆਂ ਹੀ ਵਹਿਣਾਂ ਵਿੱਚ ਬੁੱਢੀ ਰਹਿਣ ਲੱਗ ਪਈ ਸੀ ਅੰਦਰੇ ਅੰਦਰ। ਅਤੇ ਫਿਰ ਮੀਰ ਦੇ ਜਿਉਣੇ ਵਿੱਚ ਉਹ ਲੋਹੇ ਲਾਖਾ ਦਿਹਾੜਾ ਆਇਆ, ਜੇਠ ਹਾੜ ਦਾ ਪੱਠੀ ਵਿੱਚ ਲੋਹੇ ਵਾਂਗ ਤਪਦਾ ਹੋਇਆ ਦਿਹਾੜਾ। ਦੋਵੇਂ ਮਾਵਾਂ ਧੀਆਂ ਰੋਜ਼ ਦੇ ਟੀਚੇ ਮੁਜਬ ਅੱਗੜ ਪਿਛੜ ਸ਼ਹਿਰ ਦੀ ਸਭ ਤੋਂ ਵੱਡੀ ਸੜਕ ਦੇ ਫੁੱਟਪਾਥ ਉੱਤੇ ਟੁਰੀਆਂ ਜਾਂਦੀਆਂ ਸਨ। ਫੁੱਟਪਾਥ ਉੱਤੇ ਆਉਂਦੀ ਜਾਂਦੀ ਦੁਨੀਆਂ ਦਾ ਵਾਹਵਾ ਗਾੜ ਪਿਆ ਹੋਇਆ ਸੀ। ਦਫ਼ਤਰਾਂ ਦੁਕਾਨਾਂ ਅਤੇ ਰੋਟੀ ਖਾਣ ਦਾ ਵੇਲਾ ਹੋਇਆ ਪਿਆ ਸੀ। ਅਚਨਚੇਤ ਮੀਰ ਨੂੰ ਜਾਪਿਆ ਜਿਵੇਂ ਜਵਾਨ ਮੁੰਡਿਆਂ ਦੀ ਕਟਾਣੀ ਨੇ ਉਹਨੂੰ ਆਸਿਓਂ ਪਾਸਿਓਂ ਆਣ ਘੇਰਿਆ ਹੋਵੇ। ਉਹ ਮੀਰ ਦੇ ਅਸਲੋਂ ਪੈਰ ਨਾਲ ਪੈਰ ਲਾਈ ਟੁਰਦੇ ਪਏ ਸਨ, ਨਾ ਅੱਗੇ ਨਿਕਲਦੇ ਸਨ ਅਤੇ ਨਾ ਹੀ ਪਿੱਛੇ ਰਹਿੰਦੇ ਸਨ। ਉਹਨਾਂ ਦੀਆਂ ਗੱਲਾਂ ਬਾਤਾਂ ਵਿੱਚੋਂ ਇੱਕ ਅਜੀਬ ਜਿਹੀ ਉਛਾਣ ਆਉਂਦੀ ਸੀ, ਕਿਚਿਆਨ ਭਰੀ ਹੋਈ ਉਛਾਣ। ਵਿੱਚ ਵਿੱਚ ਉਹਨਾਂ ਦੀਆਂ ਅੱਖਾਂ ਚੋਰ ਤੱਕਣੀ ਨਾਲ ਮੀਰ ਦੇ ਮਨੇ ਵਿੱਚ ਆਖ ਲੈਂਦੀਆਂ ਸਨ। ਮੇਹਰ ਨੂੰ ਇੰਝ ਜਾਪਦਾ ਸੀ ਜਿਵੇਂ ਉਹ ਸਾਰੇ ਸ਼ਿਕਾਰੀ ਹੋਵਣ ਅਤੇ ਉਹਨੂੰ ਘੇਰ ਕੇ ਕਿਧਰੇ ਸ਼ਿਕਾਰ ਕਰਨ ਲਈ ਲਿਜਾਣਾ ਚਾਹੁੰਦੇ ਹੋ। ਬਾਨੂੰ ਆਪਣੇ ਧਿਆਨ ਹੀ ਕਦੀ ਉੱਚੀ ਕਦੀ ਨੀਵੀਂ ਆਵਾਜ਼ ਵਿੱਚ ਬੁੜਬੁੜ ਕਰਦੀ ਤ੍ਰਿਖੀ ਟੋਰੇ ਉੱਡਦੀ ਲੱਗੀ ਜਾਂਦੀ ਸੀ। ਪਿੱਛੇ ਟੁਰੀ ਆਉਂਦੀ ਧੀ ਦੀ ਉਹਨੂੰ ਅਸਲੋਂ ਕੋਈ ਸਾਰ ਨਹੀਂ ਸੀ, ਪਹਿਲਾਂ ਵੀ ਨਹੀਂ ਸੀ ਹੁੰਦੀ ਪਹਿਲਾਂ ਵੀ ਨਹੀਂ ਸੀ ਹੋਈ ਕਦੀ। ਉਹ ਤੇ ਮੀਰ ਆਪੋ ਹੀ ਪੂਛ ਬਣੀ ਰਹਿੰਦੀ ਸੀ। ਮੀਰ ਸ਼ੁਦੀ ਨੇ ਬਥੇਰਾ ਚਾਨਣ ਯਤਨ ਕੀਤਾ ਵੀ ਕਿਸੇ ਤਰ੍ਹਾਂ
ਮਾਂ ਰਲ ਪਵੇ ਪਰ ਮੁੰਡੀਰ ਤੇ ਉਹਦੇ ਦੁਆਲੇ ਜਿਲਣ ਕੀਤੀ ਟੁਰੀ ਜਾਂਦੀ ਸੀ ਤੇ ਉਹਨੂੰ ਅਗਾਂਹ ਉਡਾਰੂ ਹੋਣ ਹੀ ਨਹੀਂ ਸੀ ਪੀ ਦਿੰਦੀ। ਉਹ ਮੁੰਡੀਰ ਆਪਣੇ ਪਹਿਰਾਵੇ ਗੱਲਾਂ ਤੇ ਬੋਲੀ ਤੋਂ ਦੁਕਾਨਾਂ ਤੇ ਸੌਦਾ ਵੇਚਣ ਵਾਲੇ ਤੇ ਦਫ਼ਤਰਾਂ 'ਚ ਪ੍ਰਾਹੁਣਾਚਾਰੀ ਤੇ ਹੋਰ ਨਿੱਕੇ ਮੋਟੇ ਕੰਮ ਕਰਨ ਵਾਲੇ ਮਰੇੜੇ ਮੇਲ ਦੇ ਕਰਿੰਦੇ ਜਾਪਦੇ ਸਨ। ਉਹ ਗੱਲਾਂ ਟਿਚਕਰਾਂ ਤੇ ਹਾਸਾ ਮਾਹੌਲ ਆਪੋ ਵਿੱਚ ਹੀ ਪਿਆ ਕਰਦੇ ਸਨ ਪਰ ਉਹਨਾਂ ਦੇ ਉਚਾਰੇ ਇੱਕ ਇੱਕ ਅੱਖਰ ਦੇ ਮਾਣੇ ਮੀਰ ਵਾਸਤੇ ਹੀ ਸਨ। ਉਹ ਕਦੀ ਆਪਣੀ ਗਿਣਤੀ ਦੱਸਦੇ, ਕਦੀ ਪੈਸਿਆਂ ਦੀਆਂ ਗੱਲਾਂ ਕਰਦੇ, ਕਦੀ ਥਾਂ ਬਾਰੇ ਬੋਲਦੇ। ਮੀਰ ਉਹਨਾਂ ਦੀਆਂ ਗੱਲਾਂ ਸੁਣਦੀ ਤਾਂ ਪਈ ਸੀ, ਉਹਨੂੰ ਉਹਨਾਂ ਗੱਲਾਂ ਦੇ ਓਹਲੇ ਪਿੱਛੇ ਲੁਕੇ ਮਾਮਲੇ ਦੀ ਵੀ ਸਮਝ ਆਉਂਦੀ ਪਈ ਸੀ ਪਰ ਉਹਦੀਆਂ ਨਜ਼ਰਾਂ ਆਪਣੀ ਮਾਂ 'ਤੇ ਲੱਗੀਆਂ ਹੀ ਸਨ ਜਿਹੜੀ ਆਪਣੇ ਵਹਿਮਾਂ ਭਰਮਾਂ ਦੇ ਰੋੜ ਵਿੱਚ ਅੱਗੇ ਅੱਗੇ ਰੁੜੀ ਜਾਂਦੀ ਸੀ ਅਤੇ ਇਹ ਨਾਲੋਂ ਵਿੱਥ ਵਧਾਉਂਦੀ ਹੋਈ। ਫੁੱਟਪਾਥ ਉੱਤੇ ਰਾਹੀਆਂ ਪਾਂਧੀਆਂ ਦਾ ਗਾੜ ਹੋਰ ਸੰਘਣਾ ਹੁੰਦਾ ਜਾਂਦਾ ਸੀ। ਨਾਲ ਟੁਰਦੀ ਮੁੰਡੀਰ ਹੁਣ ਮੀਰ ਨਾਲ ਖਹਿੰਦੀ ਪਈ ਸੀ। ਮੀਰ ਦਾ ਪੂਰਾ ਵਜੂਦ ਮੁੜਕਿਓ ਮੁੜਕੀ ਹੋਇਆ ਪਿਆ ਸੀ, ਤਾਲੂ ਅਤੇ ਉੱਕਾ ਹੀ ਸੁੱਕ ਗਿਆ ਸੀ ਅਤੇ ਉਠਾਂ ਉੱਤੇ ਸਿਕਰੀ ਪੁੰਗਰ ਆਈ ਸੀ। ਮਾਂ ਉਹਨੂੰ ਚਲਕਾਰਿਆਂ ਵਿੱਚ ਹੀ ਬਖਾਲੀ ਦਿੰਦੀ ਸੀ, ਆਪ ਘਬਰਾਏ ਨਹੀਂ, ਹਮਾਰੇ ਸਾਥ ਆਏ, ਕਹੀਂ ਸੇ ਠੰਡਾ ਪੀਤੇ ਹੈ, ਕੋਈ ਉਹਦੇ ਮੋਢੇ ਤੋਂ ਬੋਲਿਆ। ਇਹ ਆਵਾਜ਼ ਸੁਣ ਕੇ ਮੀਰ ਦਾ ਚਿੱਤ ਅਸਲੋਂ ਹੀ ਕਾਲਾ ਪੈ ਗਿਆ। ਉਹਦਾ ਦਿਲ ਕੀਤਾ ਸੱਜੇ ਖੱਬੇ ਜ਼ੋਰ ਜ਼ੋਰ ਦੀ ਧੱਕੇ ਮਾਰੇ ਅਤੇ ਨੱਸ ਕੇ ਮਾਂ ਨਾਲ ਜਾ ਰਲੇ, ਪਰ ਉਹਦੇ ਤੋਂ ਆਪਣਾ ਅਗਲਾ ਪੈਰ ਹੀ ਨਚਾਇਆ ਗਿਆ। ਸੈਂਡਲ ਦੀ ਤਣੀ ਟੁੱਟ ਗਈ ਸੀ, ਉਹ ਸੈਂਡਲ ਫੜਨ ਲਈ ਉੜੀ ਅਤੇ ਚੌਂ ਪਾਸਿਆਂ ਤੋਂ ਉਹਨੂੰ ਧੱਕੇ ਵੱਜਣ ਲੱਗ ਪਏ। ਅਸਲੋਂ ਉਸ ਵੇਲੇ ਹੀ ਸੜਕ ਉੱਤੇ ਕਿਸੇ ਗੱਡੀ ਦੀਆਂ ਬ੍ਰੇਕਾਂ ਚੀਕੀਆਂ, ਬੰਦਿਆਂ ਦਾ ਰੌਲਾ ਪੈ ਗਿਆ ਜਿਵੇਂ ਸੜਕ ਉੱਤੇ ਕੋਈ ਹੋਣੀ ਵਰਤ ਗਈ ਹੋਵੇ। ਮੇਰ ਨੇ ਆਪਣੀ ਸੈਂਡਲ ਫੜੀ ਅਤੇ ਝੱਟ ਸਿੱਧੀ ਹੋਈ। ਫੁੱਟਪਾਥ ਉੱਤੇ ਟੁਰਦੀ ਖਲਕਤ ਸਾਰੀ ਦੀ ਸਾਰੀ ਸੜਕ ਵਾਲੇ ਮੰਨੇ ਉਲਣ ਲੱਗ ਪਈ। ਫੁੱਟਪਾਥ ਅੱਧੋ ਸੁੱਧ ਵਿਹਲਾ ਹੋ ਗਿਆ। ਮੇਰ ਨੂੰ ਆਪਣੀ ਮਾਂ ਕਿਧਰੇ ਵੀ ਬਹਾਲੀ ਨਾ ਦਿੱਤੀ। ਸੜਕ ਕੰਢੇ ਫੁੱਟਪਾਥ ਉੱਤੇ ਲੋਕਾਂ ਦੀ ਉਸਰੀ ਖਲੋਤੀ, ਕੰਧ ਵਿੱਚ ਇੱਕ ਥਾਂ ਮਾੜਾ ਜਿਹਾ ਖੱਪਾ ਹੋਇਆ ਅਤੇ ਮੀਰ ਉਹਦੇ 'ਚ ਝਾਕਣ ਲਈ ਅੱਗੇ ਵਧੀ ਅਤੇ ਫਿਰ ਉਹਦਾ ਸਾਰਾ ਵਜੂਦ ਇੱਕ ਲੰਮ ਸਲੰਮੀ ਚੀਕ ਬਣ ਕੇ ਪੂਰੇ ਆਲ ਦੁਆਲੇ 'ਚ ਖਿੰਡ ਗਿਆ। ਬਾਨੋ ਫੁੱਟਪਾਥ ਤੋਂ ਇੱਕੋ ਵੇਰ ਲੈ ਕੇ ਸੜਕ 'ਤੇ ਆ ਗਈ ਸੀ। ਦੱਸਣ ਵਾਲੇ ਦੱਸਦੇ ਸਨ ਵੀ ਉਸ ਵੇਲੇ ਉਹ ਬੜੀ ਉੱਚੀ ਉੱਚੀ ਵੀ ਬੋਲਦੀ ਸੀ ਜਿਵੇਂ ਕਿਸੇ ਨੂੰ ਗਾਲੀ ਕੱਢਦੀ ਹੋਵੇ। ਬਾਊ ਕਾਮਲ ਦੇ ਮਰਨ 'ਤੇ ਜਿਵੇਂ ਬਾਨੋ ਚੁੱਪ ਹੋ ਗਏ ਸੀ, ਸਗੋਂ ਇੰਜੇ ਹੀ ਬਾਨੋ ਇਸ ਦੁਨੀਆ ਤੋਂ ਲੱਦੀ ਤਾਂ ਮੀਰ ਦੇ ਮੂੰਹ ਨੂੰ ਸੰਘਣੀਆਂ ਚੁੱਪਾਂ ਲੱਗ ਗਈਆਂ। ਉਹ ਕਿੰਨਾ ਕਿੰਨਾ ਚਿਰ ਵਿਹੜੇ 'ਚ ਬੈਠੀ ਰਹਿੰਦੀ, ਕਿਸੇ ਨਾਲ ਕੋਈ ਗੱਲ ਨਾ ਕਰਦੀ, ਕਿਸੇ ਵੱਲ ਤੱਕਦੀ ਵੀ ਅਤੇ ਚਿੱਟੀਆਂ ਚਿੱਟੀਆਂ ਸੱਖਣੀਆਂ ਅੱਖੀ ਨਾਲ। ਫਿਰ ਇੱਕਦਮ ਉੱਠਦੀ ਅਤੇ ਬੁਰਖੀ ਪਾ ਕੇ ਸ਼ਹਿਰ ਦੀਆਂ ਸੜਕਾਂ 'ਤੇ ਨਿਕਲ ਜਾਂਦੀ। ਪੰਜੀਆਂ ਛੱਬੀਆਂ ਵਰ੍ਹਿਆਂ ਦੀ ਗੋਰੀ ਚਿੱਟੀ ਮੀਰ ਸੁਰਤ ਮੰਜਾ ਕੇ ਬਿਨਾਂ ਕਿਸੇ ਮਾੜੇ ਮੋਟੇ ਆਸਰੇ ਦੇ ਪਾਟੇ ਪੁਰਾਣੇ ਕਾਗਜ਼ ਵਾਂਗ ਸੜਕਾਂ 'ਤੇ ਰੋਲਣ ਲੱਗੀ ਤਾਂ ਬੜਿਆਂ ਬੜਿਆਂ ਨੇ ਉਹਨੂੰ ਭੋਇਆਂ ਤੋਂ ਚੁੱਕ ਕੇ ਦੋ ਚੌਂ ਘੜੀਆਂ ਲਈ ਹਿੱਕ ਨਾਲ ਲਾਉਣਾ ਚਾਹਿਆ, ਪਰ ਉਹ ਆਪਣੇ ਨੇੜੇ ਕਿਸੇ ਨੂੰ ਆਉਣ ਨਹੀਂ ਸੀ ਦਿੰਦੀ। ਜਿਹੜਾ ਕੋਈ ਉਹਦੇ ਵੱਲ ਇਸ ਨੀਅਤ ਨਾਲ ਵੱਧਦਾ ਉਹ ਇੱਟ ਫੜ ਕੇ ਉਹਦੇ ਪਿੱਛੇ ਪੈ ਜਾਂਦੀ। ਹਰ ਗਲੀ ਬਾਜ਼ਾਰ ਵਿੱਚ ਜਦੋਂ ਉਹਨੇ ਇਹੋ ਜਿਹੇ ਤਿੰਨ ਤਿੰਨ ਚਾਰ ਚਾਰ ਬੰਦਿਆਂ ਦੇ ਮੱਥੇ ਰੰਗ ਦਿੱਤੇ ਤਾਂ ਹਰ ਵੱਡਾ ਨਿੱਕਾ ਉਹਦੇ ਨੇੜੇ ਜਾਂਦਾ ਯਰਕਣ ਲੱਗ ਪਿਆ। ਛੇਤੀ ਹੱਟੀਆਂ ਬਾਜ਼ਾਰਾਂ ਦੇ ਲੋਕ ਇੰਝ ਯਰਕੇ ਰਹਿਣ ਤੋਂ ਛਿੱਥੇ ਪੈ ਗਏ। ਕੋਈ ਗੁੰਡਾ ਬਦਮਾਸ਼ ਹੁੰਦਾ ਤਾਂ ਹੋਰ ਗੱਲ ਸੀ, ਇਹ ਤਾਂ ਇੱਕ ਨਿਮਾਣੀ ਜਿਹੀ ਸੋਹਣੀ ਕੁੜੀ ਸੀ ਜਿਹਨੂੰ ਉਹ ਢੇਰ ਸੌਖ ਨਾਲ ਵਲੂੰਦਰ ਸਕਦੇ ਸਨ, ਪਰ ਨਹੀਂ ਸਨ ਵਲੂੰਦਰ ਸਕੇ, ਹੱਥੋਂ ਉਹਨਾਂ ਨੂੰ ਯਰਕਣਾ ਪੈ ਗਿਆ ਸੀ। ਇਹ ਤਾਂ ਬੜੀ ਬਿਸਤੀ ਦੀ ਗੱਲ ਸੀ ਉਹਨਾਂ ਲਈ। ਉਹਨਾਂ ਸਾਰਿਆਂ ਏਕਾ ਕਰਕੇ ਇੱਕ ਦਿਨ ਅਖਬਾਰਾਂ 'ਚ ਮੇਲ ਦੀਆਂ ਫੋਟੋਆਂ ਕਢਵਾ ਦਿੱਤੀਆਂ ਅਤੇ ਨਾਲ ਛਪਵਾ ਦਿੱਤਾ, ਬਾਜ਼ਾਰਾਂ 'ਚ ਪਾਗਲ ਕੁੜੀ ਦਾ ਰਾਜ। ਪਾਗਲ ਕੁੜੀ ਨੇ ਦਰਜਨਾਂ ਬੰਦੇ ਜ਼ਖਮੀ ਕਰ ਦਿੱਤੇ। ਪੁਲਿਸ ਅਤੇ ਪਾਗਲਖਾਨੇ ਵਾਲਿਆਂ ਦੀਆਂ ਅੱਖਾਂ 'ਤੇ ਪੱਟੀਆਂ। ਅਖਬਾਰਾਂ ਵਿੱਚ ਛਪਦਿਆਂ ਸਾਰ ਪੁਲਿਸ ਵਾਲੇ ਹਰਕਤ 'ਚ ਆ ਗਏ। ਉਹਨਾਂ ਧੱਕੇ ਜ਼ੋਰੀ ਮੀਰ ਨੂੰ ਹਿੱਕ ਕੇ ਟਰੱਕ 'ਚ ਚਾੜਿਆ ਅਤੇ ਲਿਜਾ ਕੇ ਹਵਾਲਾ 'ਤੇ ਚੰਡ ਕਿਆ। ਪੂਰੀ ਰਾਤ ਮੀਰ ਹਵਾਲਾ 'ਤੇ ਰਹੀ। ਸਵੇਰੇ ਪੁਲਿਸ ਨੇ ਪਾਗਲਖਾਨੇ ਵਾਲਿਆਂ ਨੂੰ ਸੱਦਿਆ ਅਤੇ ਉਹ ਖਤਰਨਾਕ ਸੁਧਾਇਣ ਉਹਨਾਂ ਦੇ ਸਪੁਰਦ ਕਰ ਦਿੱਤੀ। ਦੱਸਣ ਵਾਲੇ ਦੱਸਦੇ ਨੇ ਮੀਰ ਨੇ ਹਵਾਲਾਤ 'ਚ ਰਾਤ ਵੇਲੇ ਇੱਕ ਥਾਣੇਦਾਰ ਦਾ ਕੰਨ ਚੱਬ ਸੁੱਟਿਆ ਸੀ।